ਬੇਟੀ ਆ ਰਿਹਾ ਹੁੰਦਾ ਫਿਰ ਸੁਣਾ ਦੇ ਕੁਸ਼ਤੀ ਛੱਡ ਦਿੱਤੀ ਹੋਈ ਹੈ
ਹਾਂ ਜਿੰਨੇ ਮੱਲਾਂ ਨਾਲ ਕੁਸ਼ਤੀਆਂ ਹੋਈਆਂ ਸਭ ਦੇ ਰਿਜਲਟ ਦਿੱਤੇ ਇਸ ਨੌਜਵਾਨ ਨੇ। ਪਰ ਅੱਜ ਪਤਾ ਲੱਗੂ ਬਈ ਕੌਣ ਜਿੱਤਦਾ ਕੌਣ ਹਾਰਦਾ ਹੈ। ਵਾਕਈ ਵਾਕਈ ਅੱਜ ਪਤਾ ਲੱਗਣਾ ਕੌਣ ਹਾਰਦਾ। ਸਮੇਂ ਦੀਆਂ ਬਾਤਾਂ ਭਾਵੇਂ ਜੰਗਲ ਵਿੱਚ ਫਿਰੇ ਖੁੱਲਾ ਸ਼ੇਰ ਪਿੰਜਰੇ ਦੇ ਵਿੱਚ ਵੀ ਸ਼ੇਰ ਹੁੰਦਾ, ਸ਼ੇਰ ਬੰਦ ਪਿੰਜਰੇ ਦੇ ਵਿੱਚ ਵੀ ਸ਼ੇਰ ਹੁੰਦਾ। ਸਮਾਂ ਦੱਸੂ ਕੌਣ ਜਿੱਤਦਾ ਕੌਣ ਹਾਰਦਾ ਹੈ। ਵਾਹ ਬਈ ਵਾਹ ਉੜੀਸਾ ਕਹਿੰਦਾ ਸ਼੍ਰੀ ਗੁਰੂ ਜੰਮਿਆ ਬੱਬਲ ਸ਼ੇਰ ਹੀ ਬਣਦਾ ਈ। ਓਪਰੇ ਨਾਗ ਦਾ ਬੱਚਾ ਵੱਡਾ ਹੋ ਕੇ ਖਾਣ ਹੀ ਪਾਉਂਦਾ ਏ, ਬਾਜਾਂ ਤੇ ਭਾਜ ਹੀ ਜੰਮਦੇ ਨੌਜਵਾਨ ਕੁਸ਼ਤੀ ਰੋਕਣੀ ਨੀ ਲੱਲੂ ਧਿਆਨ ਨਹੀਂ। ਸਮਾਂ 25 ਮਿੰਟ ਦਾ ਹੈ, ਉਹ 25 ਮਿੰਟ ਦਾ ਸਮਾਂ ਰਿਜਲਟ ਤਾਂ ਵਾਕਈ ਠਾਰ ਕਰਦਾ ਹੋਣਾ। ਕਹਿੰਦਾ 15 ਤੀਕਰ ਧਰਤ ਗੂੰਜਦੀ ਤਾਂ ਪਸੀਨਾ ਤੜਕੇ, ਉਹ ਤਾਲ ਵਸਦੇ ਹਿੱਟਾਂ ਗੰਦੀਆਂ ਨੇ ਅੜ ਅੜ ਕੇ ਸਾਰੇ ਕਿਲੇ ਕੀ ਦੇਖਦੇ ਭਾਈ ਸੁਖੀਆਂ ਦਿਲਾਂ ਨੂੰ ਫੜਕੇ, ਚੋਰਾਂ ਵਾਲੇ ਜ਼ੋਰ ਪਰਖਦੇ ਵਿੱਚ ਮੈਦਾਨੀ ਫੜਕੇ, ਮਿਹਨਤ ਵਾਲੇ ਮੈਦਾਨ
ਕੋਈ ਤੰਗ ਨਾ ਕਰੇ ਸਾਨੂੰ ਆ ਕੇ, ਤੁਸੀਂ ਪਰਚੀ ਜਿਹੜੀ ਹੋਊਗੀ ਉਹਦੀ ਪੁਸ਼ਟੀ ਹੋ ਜਾਣੀ ਹੈ, ਆ ਜਾਓ ਕੇ ਦੇਤੀ ਹੈ, ਤੰਗ ਨਾ ਕਰੋ ਦੇਤੀ ਹੈ। ਕਹਿੰਦਾ ਮਿਹਨਤ ਕਰਕੇ ਮਸਲ ਬਣਾਏ। ਉਧਰ ਖਾਨ ਜੰਮੂ ਵਾਲਾ ਸਿੱਧੜੇ ਵਾਲਾ ਖਾਨ ਜੰਗਲ ਦਾ ਕਲੰਕ ਮਾਰਦਾ ਹੈ। ਹਾਂਜੀ ਹੋਣੀ ਹੈ, ਇਹ ਵੀ ਕਲੀਅਰ ਕਰਦੇ ਆਇਓ।
ਗੱਲ ਰਾਕੇ ਗੱਲਾਂ ਸੱਚੀਆਂ ਨੇ। ਕਹਿੰਦਾ ਇੱਕੀ ਬੁੱਤੀ ਕੀ ਕਰਨੀ, ਹੁਣ ਮਿੱਤਰੋ ਚੱਕਾ ਹੋਣਾ ਚਾਹੀਦਾ ਕਿ ਯਾਰ ਭਾਵੇਂ ਇੱਕ ਹੋਵੇ ਪਰ ਪੱਕਾ ਹੋਣਾ ਚਾਹੀਦਾ। ਗੱਲ ਯਾਰੀਆਂ ਦੀ ਹੁੰਦੀ ਹੈ। ਉਧਰ ਮੈਦਾਨ ਦੇ ਵਿੱਚ ਚੱਲਦਾ ਹੋਇਆ ਯੁੱਧ ਇਹਨਾਂ ਗੱਭਰੂਆਂ ਦੇ ਦਰਮਿਆਨ ਹੈ। ਰਾਤੀ ਬਾਤੇ ਸਮਝਦੀ ਹੋਈ ਹੈ, ਕੌਣ ਜਿੱਤੂ ਕੌਣ ਹਰੂ ਸ਼ੁਰੂ ਮੈਦਾਨ ਦੇ ਵਿੱਚ ਕਰ ਬਾਤੇ ਤਾਲਮ
ਆ ਬੜੀ ਯਾਦ ਇਕਲੇ ਇਕਲੇ ਬੜੀ ਬਸ ਠੀਕ ਹੈ ਬੜੀ ਯਾਦ ਮਿਲਦੀ ਲਾ ਮੈਦਾਨ ਦੇ ਵਿੱਚ ਉਦੋਂ ਕੁਸ਼ਤੀ ਜਿਹੜੀ ਸ਼ੁਰੂ ਹੋ ਜਾਂਦੀ ਹੈ ਡਾਕਟਰ ਸਾਹਿਬ ਇੱਕ ਰਾਜੇ ਦੀ ਕੁਸ਼ਤੀ ਤਾਲੋ ਪਹਿਲਵਾਨ ਬਾਬਾ ਫਲਾਹੀ ਹੱਥਗੜਾ ਕਰਦੇ ਨੌਜਵਾਨਾਂ ਸ਼ੇਰਗੜ ਪਿੰਡ ਜ਼ਿਲ੍ਹਾ ਲੁਧਿਆਣਾ ਪੰਜਾਬ ਕਲਵਾ ਗੁੱਜਰ ਕਹਿੰਦੇ ਜਮਾਲ ਮਰਦਾ ਕਲਵਾ ਗੁੱਜਰ ਹੈ ਅਖਾੜਾ ਬਾਰ ਹੱਥਗੜਾ ਕਰਦੇ ਕਲਵੇ ਇੱਕ ਵਾਰੀ ਇਹਨੂੰ ਵੀ ਜੱਗ ਜਾਣਦਾ ਹੈ ਇਹਨੂੰ ਵੀ ਜੱਗ ਜਾਣਦਾ ਹੈ ਵਾਕਈ ਹਿੰਦੁਸਤਾਨ ਦੇ ਦੋਵੇਂ ਪੱਟੇ ਵਾਲਾ ਚਲੋ 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 ਆਉਂਦੇ ਲੱਡੂ ਤੇ ਸ਼ਿਵਾ ਵਾਕਈ ਜ਼ੋਰ ਪੂਰੀ ਲੱਗੇ ਹੋਏ ਮੈਦਾਨ ਦੇ ਵਿੱਚ ਜਾਨ ਪੂਰੀ ਲੱਗੀ ਹੋਈ ਹਾਂ ਲਾਈਟ ਬੰਦ ਕਰ ਲਿਓ ਕੀ ਹੋ ਗਿਆ ਕੋਈ ਹੁਣ ਸੱਤ ਵੱਜ ਜਾਂਦੇ ਕਿ ਚੁੱਪੜੀ ਚਲੋ ਠੀਕ ਹੈ ਠੀਕ ਹੈ ਵਾਹ ਵੀ ਉਹਦੇ ਜ਼ੋਰ ਤੇ ਜਾਨ ਜਿਹੜੀ ਪੂਰੀ ਲੱਗੀ ਹੋਈ ਹੈ ਵਾਹ ਵੀ ਵਾਹ ਤੇ ਨਾਲ ਹੀ ਦੂਜੀ ਕੁਸ਼ਤੀ ਵੀ ਸ਼ੁਰੂ ਕਰਵਾ ਲਿਓ ਕੱਲ੍ਹ ਬਾਅਦ ਚੱਲ ਵਿੱਚ 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 ਅਰੇ ਕਹਿ ਦੋ ਕਹਿੰਦੇ ਸ਼ਿਵੇ ਨੂੰ ਵੀ ਭਾਈ ਸ਼ਿਵੇ ਬਾਹਰ ਧਿਆਨ ਦਿਓ ਦੱਸ ਦਿਓ ਮਾੜੇ ਮੈਂ
ਰੌਲਾ ਰੁਲਾ ਕਹਿੰਦਾ ਰਸੀ ਅੰਮੀ ਦੀ ਚੂੜੀ ਦਾ ਹੋ ਬਾਪੂ ਪੁੱਤ ਬਦਾਨ ਖਵਾਉਂਦਾ ਭੈਣ
ਭੈਣ ਖੁਦ ਪਿਆਉਂਦੀ ਹੈ, ਨਾਲ ਸੀ ਛੋਟੇ ਤੋਂ ਕਰਵਾਉਂਦਾ, ਸਮਿਆਂ ਜਾ ਕੇ ਵੇਖ ਕੇ ਮੈਂ ਜਾਣਾਂਗੇ ਉਹ ਮੁੰਡਾ ਵੱਖਰੇ ਹੀ ਅਹਰ ਵਿਖਾਉਂਦਾ ਹੈ, ਮੁੰਡਾ ਵੱਖਰੇ ਜੋਰ ਵਿਖਾਉਂਦਾ ਹੈ। ਚੋਟੀ ਦਾ ਮੁਕਾਬਲਾ ਚੱਲਦਾ ਹੈ, ਕਹਿੰਦੇ ਮੈਦਾਨੀ ਦੇ ਵਿੱਚ ਬੰਦਿਆਂ ਸ਼ਾਮਿਲ ਹੈ,
ਇਹ ਬੰਦਾ ਨਹੀਂ ਹੈ ਵਿੱਚ ਬੰਦਿਆਂ ਸ਼ਾਮਿਲ, ਜਿਹੜਾ ਅੰਦਰੋਂ ਹੋਰ ਦੇ ਤਾਰੋ ਹੋਰ ਹੋਵੇ, ਉਹਦੇ ਵਿੱਚ ਮੈਦਾਨ ਦੇ ਕੀ ਕਰਨਾ, ਪਹਿਲਵਾਨ ਜੋ ਮਿੰਟ ਦਾ ਚੋਰ ਹੋਵੇ, ਇਕੱਠਾ ਬਾਗਰ ਪੈਰਾਂ ਚ ਰੁਲੇ ਸੀ, ਬੰਦਾ ਜਿਹੜਾ ਬੰਦੇ ਤੋਂ ਕਮਜ਼ੋਰ ਹੋਵੇ ਸਦਾ ਉਸੇ ਦਾ ਸਾਥ ਦੇਣ ਲੋਕੀ, ਬਾਬਾ ਜੀ ਦੀਆਂ ਚੋਰ ਹੋਵੇ, ਇਹ ਤਗੜੇ ਰੋਜ ਧਨ ਧੋਣ ਦੇ ਚੋਟਾ, ਮਾਰਾ ਮਾਰ ਨੀ ਰੋਜ ਨੀ ਜਾ ਸਕਦਾ, ਇਹ ਬਚਣ ਪਹਿਲਵਾਨੀ ਹੈ ਦਾ ਕੁਦਰਤੀ, ਹਰ ਕੋਈ ਬੰਦਾ ਪਹਿਲਵਾਨੀ ਨਹੀਂ ਕਰ ਸਕਦਾ, ਹਰ ਕੋਈ ਬੰਦਾ ਪਹਿਲਵਾਨੀ ਨਹੀਂ ਕਰ ਸਕਦਾ। ਜ਼ਰੂਰ ਆਰਾਮ ਨਾਲ ਜਿਹੜਾ ਨਿਕਲਣਾ, ਕੋਈ ਵੀ ਹੱਲਾ ਗੁੱਲਾ ਨਹੀਂ ਕਰਨਾ, ਆਰਾਮ ਨਾਲ ਜਿਹੜਾ ਜਾ ਕੇ ਬਣਾ ਲੱਗਿਆ ਚਾਂਦੀ ਦੇ ਕਿਸ਼ਤੀ ਮੈਦਾਨ ਦੇ ਵਿੱਚ, ਗੱਲਬਾਤ ਲਾਲ ਢਾਈ ਲੱਖ ਦੀ ਕੁਸ਼ਤੀ ਜਿਹੜੀ ਮੈਦਾਨ ਦੇ ਵਿੱਚ ਹੋ ਰਹੀ ਹੈ, ਇਹਨਾਂ ਨੌਜਵਾਨਾਂ ਦਰਮਿਆਨ ਬਾਕੀ ਫੈਸਲੇ ਆਰ ਬਣਦੇ, ਚਾਂਦੀ ਦੀ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਕਹਿੰਦਾ ਰਹਿੰਦੀ ਦੁਨੀਆਂ ਸਲਾਨਾ ਫਿਰ ਕਰਦੀ, ਜਿਹੜੇ ਸਰੀਰਾਂ ਵਿੱਚ ਚੋਰ ਹੋਈ ਉਹਦੇ ਪੈਸੇ ਧੇਲੇ ਸਭ ਲੁੱਟ ਸਕਦਾ, ਕਰਨਾ ਮਿਹਨਤਾਂ ਨੂੰ ਪਵੇ ਕਦੀ ਚੋਰ ਵੀ, ਉਹ ਚੋਰੀ ਮਾਰੀ ਤੇ ਹੱਲਾ ਸ਼ੇਰੀ ਬਾਪੂ ਦੀ ਹਰਿੰਦਰਾ, ਗੁਰੂ ਦੀਆਂ ਬੇੜੇ ਮਾਰ ਲਾਉਂਦੀਆਂ, ਉਹ ਕੰਡੇ ਚੱਪਦੇ ਹੀ ਤਿੱਖੇ ਹੁੰਦੇ ਬੱਲਿਆ, ਟੀਕੇ ਲਾ ਕੇ ਨਾ ਦਲੇਰੀਆਂ ਵੀ ਆਉਂਦੀਆਂ, ਕੰਡੇ ਚੱਪਦੇ ਹੀ ਤਿੱਖੇ ਹੁੰਦੇ ਬੱਲਿਆ, ਟੀਕੇ ਲਾ ਕੇ ਨਾ ਦਲੇਰੀਆਂ ਵੀ ਆਉਂਦੀਆਂ। ਠੀਕ ਹੈ ਜੀ, ਲੱਲੂ ਤੇ ਸੇਵੇ ਵਾਲੀ ਕੁਸ਼ਤੀ ਜਿਹੜੀ ਕੁਆਟਰ ਚੱਲੀ ਆ, 30 ਮਿੰਟ ਜਿਹੜੀ ਖੁੱਲੀ ਕੁਸ਼ਤੀ ਹੋ ਗਈ 30 ਮਿੰਟ, ਵੱਧ ਲੰਬਾ ਸਮਾਂ ਹੋ ਗਿਆ, ਭਾਵੇਂ ਅੱਜ ਕੱਲ੍ਹ ਟ੍ਰੈਂਡ ਜਿਹੜਾ ਕੰਮਾਂ ਵਿੱਚ ਪਿਆਰ ਨਹੀਂ ਰੱਖੇ, ਯਾਰ ਦਿਲਾਂ ਦੇ
ਆਉਂਦੇ ਨੇ ਮੈਦਾਨ ਵਿੱਚ ਪੁਆਇੰਟ ਕੁਸ਼ਤੀ ਚੱਲਦੀ ਹੈ ਤੇਰੇ ਲੱਲੂ ਤੇ ਸ਼ਿਵਾ ਪਹਿਲਵਾਨ ਮਹਾਰਾਸ਼ਟਰ ਦੇਖਾਂਗੇ ਵੀ ਕੌਣ ਜਿੱਤਦਾ ਕੌਣ ਹਾਰਦਾ ਏ ਕਹਿੰਦਾ ਮਾਵਾ ਬਿਰਲੀਏ ਪੁੱਤ ਪਹਿਲਵਾਨ ਜੰਮਣ ਜਿਹਨਾਂ ਨਾਲ ਰੋਸ਼ਨ ਖਾਨਦਾਨ ਹੋਵੇ ਮਨ ਮਾਰ ਕੇ ਕਰੇਗਾ ਜੋ ਮਲ ਮਿਹਨਤ ਉਹੀ ਲੰਗਲੀ ਪੂਰਾ ਪਹਿਲਵਾਨ ਹੋਵੇ ਉਸੇ ਮਨ ਦੀ ਸਿੰਘਾਂ ਵਿੱਚ ਹੋਵੇ ਚਰਚਾ ਦਾਤਾਰੀ ਦੇ ਚੁਸਤ ਮਹਾਨ ਹੋਵੇ ਦੂਜਾ ਮਾਰੂ ਦੇ ਚੁਸਤ ਮਹਾਨ ਹੋਵੇ ਡਾਕਟਰ ਤਾਰਾ ਗਾਂਧੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਡਾਕਟਰ ਸਾਹਿਬ ਹੋਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਲਓ ਚੱਜੇ ਹੋਈਆਂ ਕੁਸ਼ਤੀਆਂ ਮੈਦਾਨ ਵਿੱਚ ਕਰ ਲਈ ਪੁੱਛੀ ਸੁੱਤੇ ਲਾ ਲਾ ਕੇ ਕਹਿੰਦਾ ਆਖਰ
ਕੰਮ ਬਾਅਦ ਚ, ਪਹਿਲਾਂ ਪਹਿਲਾਂ ਸਿਹਤ ਜ਼ਰੂਰੀ ਹੈ, ਪਹਿਲਾਂ ਸਿਹਤ ਜ਼ਰੂਰੀ ਹੈ।
ਜਿਹੜੀ ਸ਼ੇਰੇ ਵਾਲੀ ਕੁਸ਼ਤੀ ਹੈ ਇਹ ਬਰਾਬਰ ਹੈ, ਇਹ ਟੁੱਟ ਕਰਿਓ ਭਾਈ ਤਾੜੀਆਂ।